ਇਹ ਤਸਵੀਰਾਂ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਲਿੱਦੜਾਂ ਅਤੇ ਇਸੇ ਤਰ੍ਹਾਂ ਹੀ ਸੰਗਰੂਰ ਜ਼ਿਲ੍ਹੇ ਦੇ ਬਲਾਕ ਭਵਾਨੀਗੜ੍ਹ ਦੇ ਨੇੜੇ ਪਿੰਡ ਬਖੋਪੀਰ ਦੀਆਂ ਜਿੱਥੇ ਬਖੋਪੀਰ ਦੇ ਕਿਸਾਨ ਗੁਰਚਰਨ ਸਿੰਘ ਕਾਫੀ ਦਿਨਾਂ ਤੋਂ ਦਿੱਲੀ ਧਰਨੇ ਵਿੱਚ ਲਗਾਤਾਰ ਸ਼ਮੂਲੀਅਤ ਕਰ ਰਹੇ ਸਨ ਉੱਥੇ ਹੀ ਲਿੱਦੜਾਂ ਪਿੰਡ ਦਾ ਨੌਜਵਾਨ ਸ਼ਮਸ਼ੇਰ ਸਿੰਘ ਜਿਨ੍ਹਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ ਉਹ ਵੀ ਕਾਫੀ ਦਿਨਾਂ ਤੋਂ ਸੰਘਰਸ਼ ਵਿੱਚ ਸ਼ਾਮਲ ਸੀ ਦੱਸ ਦਈਏ ਕਿ ਕਿਸਾਨ ਆਗੂਆਂ ਦੇ ਦੱਸਣ ਮੁਤਾਬਕ ਹੁਣ ਤੱਕ ਦਿੱਲੀ ਧਰਨੇ ਦੇ ਵਿੱਚ 70 ਤੋਂ ਵਧੇਰੇ ਗਿਣਤੀ ਦੇ ਵਿੱਚ ਕਿਸਾਨ ਸ਼ਹੀਦ ਹੋ ਚੁੱਕੇ ਨੇ ਅਤੇ ਇਹ ਗਿਣਤੀ ਲਗਾਤਾਰ ਜਾਰੀ ਹੈ ਜੇ ਕਹਿ ਲਿਆ ਜਾਵੇ ਤਾਂ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਿਸਾਨ ਸ਼ਹੀਦਾਂ ਦੇ ਸਿਵੇ ਬਲ ਰਹੇ ਨੇ ਅਤੇ ਤੁਸੀਂ ਇਹਨਾਂ ਰੋਂਦੇ ਕਰਲਾਂਦੇ ਪਰਿਵਾਰਾਂ ਨੂੰ ਵੇਖ ਸਕਦੇ ਹੋ ਜਿਨ੍ਹਾਂ ਦੇ ਵਿੱਚ ਨੌਜਵਾਨ ਪੁੱਤਰਾਂ ਦੀਆਂ ਫੋਟੋਆਂ ਪਿਤਾ ਨੇ ਆਪਣੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ ਭਰਾ ਦੁਖੀ ਨੇ ਪਰੇਸ਼ਾਨ ਨੇ ਇਸ ਲਈ ਮੌਕੇ ਦੇ ਉੱਪਰ ਜੇਕਰ ਸਰਕਾਰ ਵੱਲ ਵੇਖਿਆ ਜਾਵੇ ਤਾਂ ਸਰਕਾਰ ਨੇ ਹੁਣ ਤੱਕ ਇਸ ਤੋਂ ਕੰਨੀ ਕਤਰਾਈ ਹੋਈ ਹੈ ਇੱਕ ਵਾਰ ਵੀ ਸਰਕਾਰ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੁੱਖ 'ਚੋਂ ਦੋ ਸ਼ਬਦ ਵੀ ਕਿਸਾਨਾਂ ਵਾਸਤੇ ਨਹੀਂ ਨਿਕਲੇ ਜਿਹੜੇ ਸ਼ਹੀਦ ਹੋ ਚੁੱਕੇ ਨੇ ਅਤੇ ਉੱਧਰੋਂ ਠੰਡ ਦਾ ਕਹਿਰ ਜਾਰੀ ਹੈ ਨਾਲੋਂ ਨਾਲ ਮੌਸਮ ਦਾ ਖਰਾਬ ਹੋਣਾ ਇੱਥੇ ਦੱਸ ਦਈਏ ਕਿ ਜਿਹੜੀ ਕਿਸਾਨਾਂ ਦੀ ਅਤੇ ਕੇਂਦਰ ਸਰਕਾਰ ਦੀ ਮੀਟਿੰਗ ਹੋਈ ਹੈ ਉਹ ਵੀ ਬੇਸਿੱਟਾ ਰਹੀ ਹੈ ਅਤੇ ਅਗਲੀ ਮੀਟਿੰਗ 7-8 ਜਨਵਰੀ ਦੇ ਦੌਰਾਨ ਦੁਪਹਿਰ 2 ਵਜੇ ਰੱਖੀ ਗਈ ਦੱਸੀ ਜਾ ਰਹੀ ਹੈ ਬੇਸ਼ੱਕ ਕਿਸਾਨ ਆਗੂਆਂ ਨੇ ਕੁਛ ਨੇ ਇਹ ਵੀ ਦੱਸਿਆ ਕਿ ਸਰਕਾਰ ਬਹੁਤ ਜ਼ਿਆਦਾ ਦਬਾਅ ਦੇ ਵਿੱਚ ਹੈ ਅਤੇ ਲਗਭਗ ਕਾਨੂੰਨ ਵਾਪਸ ਹੋ ਸਕਦੇ ਨੇ ਲੈ ਜਾ ਸਕਦੇ ਨੇ ਪਰ ਫਿਰ ਵੀ ਸਮਾਂ ਆਏ ਤੋਂ ਹੀ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਕੀ ਨਿਬੜਦਾ ਪਰ ਜੇਕਰ ਇਹਨਾਂ ਰੋਂਦੇ ਕਰਲਾਂਦੇ ਪਰਿਵਾਰਾਂ ਨੂੰ ਵੇਖਿਆ ਜਾਵੇ ਤਾਂ ਜੋ ਘਾਟਾ ਇਹਨਾਂ ਪਰਿਵਾਰਾਂ ਨੂੰ ਪੈ ਚੁੱਕਿਆ ਉਹ ਸ਼ਾਇਦ ਹੀ ਕਦੇ ਪੂਰਾ ਹੋ ਸਕੇ ਅਤੇ ਪੇਸ਼ ਹੈ ਸਾਡੇ ਰਿਪੋਰਟਰ ਗੁਰਦਰਸ਼ਨ ਸਿੰਘ ਸਿੱਧੂ ਭਵਾਨੀਗੜ੍ਹ ਦੀ ਇਹ ਰਿਪੋਰਟ 25-12 ਦੇ ਗਏ ਸੀਗੇ ਇਹ ਉੱਥੋਂ ਇਹਨਾਂ ਦੀ ਸਿਹਤ ਢਿੱਲੀ ਹੋ ਗਈ ਖਰਾਬ ਹੋ ਗਈ ਵਿਗੜ ਗਈ ਸਿਹਤ ਇਹਨਾਂ ਦੀ ਠੰਡ ਦੇ ਕਾਰਨ ਕਿਉਂ ਉੱਥੇ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਕਿਸਾਨਾਂ ਨੂੰ ਠੰਡ ਦੇ ਕਾਰਨ ਇਸ ਕਰਕੇ ਉਹ ਇਹਨਾਂ ਦੀ ਸਿਹਤ ਉੱਥੋਂ ਖਰਾਬ ਹੋ ਗਈ ਕੱਲੇ ਆਏ ਸੀਗੇ ਇਹ ਆ ਕੇ ਇਹਨਾਂ ਦੀ ਸਿਹਤ ਜ਼ਿਆਦਾ ਵਿਗੜ ਗਈ ਉਸ ਤੋਂ ਬਾਅਦ ਇਹ ਦੁੱਖ ਨਾ ਸਹਾਰਦਾ ਆ ਕਿਸਾਨ ਸਰੀਰ ਛੱਡ ਗਿਆ ਇਹਨੂੰ ਪਰਿਵਾਰ ਨੂੰ ਨੌਕਰੀ ਦਵਾਈ ਜਾਵੇ ਗਰੀਬ ਪਰਿਵਾਰ ਹੈ ਅਤੇ ਬਾਕੀ ਜੋ ਬਣਦਾ ਹੈਗਾ ਇਹਨਾਂ ਦਾ ਇਹਨਾਂ ਨੂੰ ਹੱਕ ਦਵਾਇਆ ਜਾਵੇ ਮੈਂ ਗੁਰਚਰਨ ਸਿੰਘ ਦੇ ਸੰਬੰਧੀ ਇਹ ਕਹਿਣਾ ਚਾਹੁੰਦਾ ਜੀ ਜਿਹੜਾ ਸਾਡਾ ਕੁੱਲ ਜੀਵੀਦਾਰ ਦਾ ਸੰਘਰਸ਼ ਹੈ ਇਹਦੇ ਵਿੱਚ ਸਾਰੇ ਵਰਗ ਜੁੜੇ ਹੋਏ ਨੇ ਹੁਣ ਜੀਵੀਦਾਰ ਹੈ ਚਾਹੇ ਕੋਈ ਮਜ਼ਦੂਰ ਹੈ ਚਾਹੇ ਕੋਈ ਦੁਕਾਨਦਾਰ ਹੈ ਅਸੀਂ 25-26 ਤੋਂ ਉੱਥੇ ਪਹੁੰਚ ਗਏ ਸੀਗੇ ਲਗਾਤਾਰ ਸਾਡਾ ਜਿਹੜਾ ਸੰਘਰਸ਼ ਉੱਥੇ ਜਾਰੀ ਹੈ ਬੜੀਆਂ ਜਾਨਾਂ ਜਾ ਰਹੀਆਂ ਨੇ ਅੱਜ 50 ਤੋਂ ਉੱਪਰ ਜਾਨਾਂ ਸਾਡੇ ਲੋਕਾਂ ਦੀਆਂ ਜਾ ਚੁੱਕੇ ਨੇ ਕਿਸਾਨ ਵੀਰਾਂ ਦੀਆਂ ਜਿਹਦੇ ਵਿੱਚ ਗੁਰਚਰਨ ਸਿੰਘ ਵੀ ਸ਼ਾਮਲ ਹੈ ਸੋ ਮੈਂ ਸਰਕਾਰ ਨੂੰ ਇਹ ਕਹਿੰਦਾ ਵੀ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਸਰਕਾਰ ਅਸੀਂ ਦਿੱਲੀ ਤੋਂ ਵਾਪਸ ਨਹੀਂ ਆਵਾਂਗੇ ਸੋ ਮੈਂ ਇਸ ਕਿਸਾਨ ਨੂੰ ਮੇਰਾ ਸਿਰ ਝੁਕਦਾ ਇਸ ਅੱਗੇ ਕਿਉਂਕਿ ਜਿਹਨੇ ਆਪਣੀ ਸ਼ਹਾਦਤ ਦੇ ਦਿੱਤੀ ਜ਼ਿਮੀਂਦਾਰਾਂ ਦੇ ਸੰਘਰਸ਼ ਦੇ ਵਿੱਚ ਮੈਂ ਇੰਨਾ ਕੁਛ ਕਹਿੰਦਾ ਕਿ ਸਰਕਾਰ ਨੂੰ ਮੰਗ ਕਰਦਾ ਹਾਂ ਕਿ ਇਹ ਪਰਿਵਾਰ ਨੂੰ ਮਾਲੀ ਮਦਦ ਦਿੱਤੀ ਜਾਵੇ ਜੋ ਬਣਦੀ ਹੈ ਇੱਕ ਪਰਿਵਾਰ ਦੀ ਜਿਹਨੂੰ ਨੌਕਰੀ ਦਿੱਤੀ ਜਾਵੇ ਫਿਰ ਅਸੀਂ ਜਿਹੜਾ ਸਾਡਾ ਸੰਘਰਸ਼ ਹੈ ਜਾਰੀ ਰਹੇਗਾ ਜਿਹੜਾ ਚਿਰ ਇਹ ਸੰਘਰਸ਼ ਜਿੱਤਦੇ ਨਹੀਂ ਅਸੀਂ ਦਿੱਲੀ ਤੋਂ ਵਾਪਸ ਨਹੀਂ ਮੁੜਾਂਗੇ ਸਾਡੀ ਮੇਰਾ ਨਾਮ ਨਰਪਾਲ ਸਿੰਘ ਹੈ ਜੀ ਮੇਰਾ ਵੱਡਾ ਲੜਕਾ ਸੀ ਕਦੋਂ ਕੁ ਸੰਘਰਸ਼ ਦੇ ਵਿੱਚ ਦਿੱਲੀ ਦੇ ਵਿੱਚ ਗਏ ਸੀ ਅਤੇ ਕਿਸ ਤਰ੍ਹਾਂ ਦੇ ਹਾਲਾਤ ਸੀ ਕਦੇ ਕੋਈ ਗੱਲ ਹੁੰਦੀ ਹੋਊ ਦੱਸਿਓ ਕੁਛ ਖਾਲਾ ਤਾਂ ਮੇਰੇ ਨਾਲ ਤਾਂ ਕੋਈ ਗੱਲਬਾਤ ਨਹੀਂ ਹੁੰਦੀ ਸੀ ਪਹਿਲਾਂ ਵਿਚਦੀ ਗਿਆ ਸੀ ਹੁਣ ਲਗਾਤਾਰ 7-8 ਦਿਨ ਹੋ ਗਏ ਅਤੇ ਮੈਨੂੰ ਕਹਿ ਕੇ ਕਹਿੰਦਾ ਮੈਂ ਦਿੱਲੀ ਜਾਂਦਾ ਮੈਂ ਤੂੰ ਠੰਡ ਹੈ ਰਹਿਣ ਦੇ ਕਹਿੰਦਾ ਮੈਂ ਤਾਂ ਜਾਊਂਗਾ ਆਪਣੇ ਭਾਈ ਦੋਸਤਾਂ ਮਿੱਤਰਾਂ ਨਾਲ ਜਾਊਂਗਾ ਕਹਿੰਦਾ ਮੈਂ ਚੰਗਾ ਭਾਈ ਚੱਲ ਜਾ ਬਸ ਇਦੂ ਬਾਅਦ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਉਹਨੇ ਕੀ ਤੁਸੀਂ ਰੋਕਿਆ ਨੇ ਉਹਨੂੰ ਵੀ ਤੂੰ ਨਾ ਜਾ ਉੱਥੇ ਰੋਕਿਆ ਤਾਂ ਇਹ ਕਹਿੰਦਾ ਮੈਂ ਤਾਂ ਜਾਊਂਗਾ ਜੀ ਮੈਂ ਤਾਂ ਸੇਵਾ ਕਰਨੀ ਆ ਉੱਥੇ ਜਾ ਕੇ ਕਹਿੰਦਾ ਜਿੰਨਾ ਚੱਕਰ ਮੈਂ ਉੱਥੇ ਜਾਂਦਾ ਨਹੀਂ ਉਨਾ ਚੱਕਰ ਮੈਂ ਫੋਨ ਕਰੂੰਗਾ ਤੁਹਾਨੂੰ ਵੀ ਜੇ ਮੈਂ ਆਉਣਾ ਹੋਊਗਾ ਵੀ ਮੈਂ ਨਹੀਂ 5-6 ਦਿਨ ਆਉਂਦਾ ਨਹੀਂ ਉਹਨੂੰ ਹੋ ਗਏ ਅਤੇ 7-8 ਦਿਨ ਹੋ ਗਏ ਕਿੰਨੀ ਕੁ ਜ਼ਮੀਨ ਆ ਜ਼ਮੀਨ ਤਾਂ ਜੀ ਬਸ 1.5 ਵਿਘੇ ਹੀ ਹੈ ਉਹ ਵੀ
ਗਵਰਨਮੈਂਟ ਵਾਲੀ ਹੈ ਬਸ, ਸੁਸਾਇਟੀ ਦੀ ਜ਼ਮੀਨ ਹੈ, ਕੋਈ ਜੱਦੀ ਬੁੜੇ ਦੀ ਨਹੀਂ ਜ਼ਮੀਨ ਹੈਗੀ ਸਾਡੇ। ਕੀ ਕੰਮ ਕੀ ਕਰਦੇ ਸੀ? ਕੰਮ ਤਾਂ ਜੀ ਬਸ ਜਾਂ ਦਿਹਾੜੀ ਵਗ ਜਾਂਦੀ ਜਾਂ ਦੁੱਧ ਦਾ ਉਹਦਾ ਕੰਮ ਕਰਦਾ ਸੀ ਮਾੜਾ ਮੋਟਾ, ਮੇਰੇ ਨਾਲ ਹੀ ਕਰਦਾ ਸੀ। ਕੁਛ ਨਹੀਂ, ਪਹਿਲਾਂ ਮੇਰਾ ਐਕਸੀਡੈਂਟ ਹੋ ਗਿਆ ਸੀ, ਉਸੇ ਨਹੀਂ ਸਾਂਭਿਆ ਸੀ ਤਾਂ ਭਗਤ ਬੰਦ ਜਗਪ੍ਰੀਤ ਕੀ ਲੱਗਦੇ ਮੇਰੇ ਡੈਡੀ ਦੇ ਜਗਸੀ ਕਿਸ ਤਰ੍ਹਾਂ ਦੇ ਹਾਲਾਤ ਸੀ ਜਦੋਂ ਤੁਹਾਡੇ ਨਾਲ ਕੋਈ ਗੱਲਬਾਤ ਹੁੰਦੀ ਸੀ ਉੱਥੋਂ ਦਿੱਲੀ ਤੇ? ਕਦੇ ਉਹਨਾਂ ਦੱਸਿਆ ਵੀ ਜਾਂ ਮੈਂ ਔਖਾ ਇੱਥੇ ਜਾਂ ਮੇਰੀ ਤਬੀਅਤ ਖਰਾਬ ਹੋ ਕਿਸੇ ਕੋਈ ਨਾ ਇੱਦਾਂ ਦੀ ਕੋਈ ਉਹ ਨਹੀਂ ਦੀਗਾ ਜੀ, ਉਹ ਤਾਂ ਵਧੀਆ ਮਤਲਬ ਕਹਿੰਦੇ ਵਧੀਆ ਹੋ ਰਿਹਾ ਮਾਹੌਲ ਸਾਰਾ ਕੁਛ। ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਜਿਹੜੇ ਉਹਨਾਂ ਦੇ? ਮੈਨੂੰ ਛੋਟਾ ਭਰਾ ਦਾ ਦੱਸ ਦਿੰਦਾ ਸੀ, ਕਈ ਵਾਰ ਮੈਂ ਗੱਲ ਵੀ ਕਰ ਲੈਂਦਾ ਹੁੰਦਾ ਸੀ ਅੰਕਲ ਉਹਨਾਂ ਨਾਲ ਜਿਹੜੇ ਨਾਲ ਗਏ ਸੀਗੇ, ਉਹਨਾਂ ਦਾ ਨੰਬਰ ਹੈਗਾ ਸੀ, ਮੈਂ ਉਹਨਾਂ ਨਾਲ ਗੱਲ ਕਰ ਲੈਂਦਾ ਸੀਗਾ। ਉਹਨਾਂ ਦੀ ਮੌਤ ਦਾ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਵੀ ਇੱਦਾਂ ਹੋ ਗਿਆ ਜਿਹੜਾ ਉਹਨਾਂ ਨੂੰ? ਬਸ ਐਵੇਂ ਪਹਿਲਾਂ ਤਾਂ ਮੰਮੀ ਨੇ ਕਿਹਾ ਕਹਿੰਦੀ ਐਕਸੀਡੈਂਟ ਹੋ ਗਿਆ, ਐਕਸੀਡੈਂਟ ਤੋਂ ਬਾਅਦ ਪਤਾ ਲੱਗਿਆ ਫਿਰ ਡੈਥ ਹੀ ਹੋ ਗਈ, ਫਿਰ ਪਤਾ ਲੱਗਿਆ। ਠੀਕ ਹੈ, ਪਰਿਵਾਰ ਦੀ ਗੱਲ ਕਰੀਏ, ਕਿਸ ਤਰ੍ਹਾਂ ਦੇ ਹਾਲਾਤ ਨੇ ਪਰਿਵਾਰ ਦੇ? ਕਿੰਨੇ ਜੀਓ, ਕੀ ਪੜ੍ਹਦੇ ਹੋ ਤੁਸੀਂ ਜਾਂ ਕੰਮ ਕਰਦੇ ਹੋ? ਛੋਟੀ ਸਿਸਟਰ ਆ ਮੇਰੀ, ਉਹ ਤਾਂ ITT ਦਾ ਕੋਰਸ ਕਰ ਰਹੀ ਹੈਗੀ। ਬ੍ਰਦਰ ਆ ਮੇਰਾ ਪਲੱਸ ਟੂ 'ਚ ਹੈਗਾ। ਮੰਮੀ ਕਦੇ ਕਦੇ ਚਲੇ ਜਾਂਦੇ ਨੇ ਦਿਹਾੜੀ, ਦਿਹਾੜੀ ਦੁਹਾੜੀ ਕਰਦੇ ਨੇ ਕਦੇ। ਮੈਂ ਮਤਲਬ ਉੱਥੇ ਡੈਡੀ ਦੇ ਨਾਲ ਹੈਲਪ ਕਰਦਾ ਸੀ, ਬਸ ਘਰ ਦੇ ਹਾਲਾਤ ਕਿਹੜੇ ਠੀਕ ਨੇ ਜੀ।